असी नकली अते असली सोने नू किस तरह पहचान सकते हाँ, साडा दिमाग किन्ने जीवी दा है, यह सुन के तुहाडे होश उड जाणगे। क्यों एक इंसान ने अपने बालां नू सोने दे विच बदल दिता? बॉक्सिंग मैच तो पहला बॉक्सर अपने मूँह दे विच इह की पाउंदे ने? अजिही रोचक तत्थ जानने लई जुड़े रहो मेरे नाल। मैं तुहाडा होस्ट जसप्रीत सिंह, तुसीं देख रहे हो जर्ड टीवी। तुहानू वोडाफोन की एड दे विच आउण वाले ये करैक्टरां बारे तो पता ही होगा। यह मशहूरियां कंप्यूटर वालों तैयार कीतियां गईयां नहीं हन, बल्कि यह असली लोग ने। इन्हां नू अजिहे कपड़े पवा के पिछे ग्रे कलर का सैट लगा के शूट किया जाता है। यह असली इंसान ने, कोई एनीमेशन नहीं। तुसी ये फोटो नू देखो, ये कीबोर्ड की फोटो है। इस फोटो नू देख के सानू ये पता लगता है कि कीबोर्ड दीयां केड़ियां की सब तो ज्यादा वरतियां जांदियां ने। जिवें कि कीबोर्ड दे विच ए ते ई सब तो ज्यादा यूज किया जाता है। 2022 ਦੇ ਵਿੱਚ ਫੀਫਾ ਵਰਲਡ ਕੱਪ ਹੋਣ ਵਾਲਾ ਹੈ ਤੇ ਕਈ ਲੋਕ ਉਸ ਨੂੰ ਦੇਖਣ ਵੀ ਜਾਣਗੇ। ਇਸ ਲਈ ਆਰਗੇਨਾਈਜ਼ਰ ਨੇ ਸਕਿਉਰਿਟੀ ਦੇ ਲਈ ਇੰਡੀਅਨ ਆਰਮੀ ਨੂੰ ਕਿਹਾ ਹੈ, ਉਹ ਵੀ ਉਹਨਾਂ ਨੂੰ ਜਿਨ੍ਹਾਂ ਨੇ 26/11 ਦੇ ਹਮਲੇ ਨੂੰ ਸੰਭਾਲਿਆ ਸੀ। ਫੀਫਾ ਆਰਗੇਨਾਈਜ਼ਰ ਨੇ ਇਹਨਾਂ ਨੂੰ ਸਪੈਸ਼ਲੀ ਰਿਕੁਐਸਟ ਕੀਤੀ ਹੈ 2022 ਦੇ ਫੀਫਾ ਵਰਲਡ ਕੱਪ ਲਈ। ਇਹ ਇੱਕ ਲਾਈਫ ਹੈਕ ਹੈ ਕਿ ਜੇਕਰ ਤੁਸੀਂ ਫੋਟੋ ਦੇ ਵਿੱਚ ਇੰਟੈਲੀਜੈਂਟ ਦਿਸਣਾ ਹੈ, ਉਸ ਦੇ ਲਈ ਤੁਸੀਂ ਆਪਣੇ ਸਿਰ ਨੂੰ ਸੱਜੇ ਪਾਸੇ ਕਰੋ ਅਤੇ ਉੱਪਰ ਨੂੰ ਦੇਖੋ। ਇਸ ਦੇ ਨਾਲ ਤੁਹਾਡੀ ਫੋਟੋ ਬਹੁਤ ਵਧੀਆ ਆਏਗੀ, ਕਿਉਂਕਿ ਇਹ ਇੱਕ ਟ੍ਰਿਕ ਹੈ ਜਿਸ ਨੂੰ ਕਈ ਮਾਡਲ ਫੋਟੋ ਸ਼ੂਟ ਕਰਦੇ ਸਮੇਂ ਵਰਤਦੀਆਂ ਨੇ। ਜਿਨ੍ਹਾਂ ਦਾ ਵਿਆਹ ਨਹੀਂ ਹੋਇਆ ਹੁੰਦਾ ਉਹਨਾਂ ਨੂੰ ਲੋਕ ਜ਼ੋਰ ਪਾਉਂਦੇ ਨੇ ਕਿ ਤੁਸੀਂ ਵਿਆਹ ਕਰਵਾ ਲਓ, ਪਰ ਇਸ ਮੈਕਸੀਕਨ ਆਦਮੀ ਦਾ ਗੁਆਂਢੀ ਇਸ ਨੂੰ ਬਾਰ ਬਾਰ ਹਰ ਰੋਜ਼ ਕਹਿੰਦਾ ਸੀ ਕਿ ਤੂੰ ਵਿਆਹ ਕਰਵਾ, ਜਿਸ ਤੋਂ ਇਹ ਇਨਸਾਨ ਇੰਨਾ ਜ਼ਿਆਦਾ ਤੰਗ ਆ ਗਿਆ ਕਿ ਇਸ ਨੇ ਆਪਣੇ ਗੁਆਂਢੀ ਦਾ ਮਰਡਰ ਕਰ ਦਿੱਤਾ। ਸਾਡਾ ਦਿਮਾਗ ਇੰਨੀਆਂ ਸਾਰੀਆਂ ਚੀਜ਼ਾਂ ਨੂੰ ਯਾਦ ਰੱਖਦਾ ਹੈ, ਪਰ ਕੀ ਤੁਸੀਂ ਕਦੇ ਸੋਚਿਆ ਹੈ ਕਿ ਸਾਡਾ ਦਿਮਾਗ ਕਿੰਨੇ ਜੀਬੀ ਦਾ ਹੈ? ਹਰ ਇਨਸਾਨ ਦੇ ਦਿਮਾਗ ਦੀ ਮੈਮਰੀ ਅਲੱਗ ਅਲੱਗ ਹੁੰਦੀ ਹੈ, ਪਰ ਜੇਕਰ ਐਵਰੇਜ ਦੇਖੀ ਜਾਵੇ ਤਾਂ ਹਰ ਇੱਕ ਇਨਸਾਨ ਦਾ ਦਿਮਾਗ 2.5 PB ਜਾਣੀ ਕਿ 26,80,000 GB ਜਿੰਨਾ ਵੱਡਾ ਹੁੰਦਾ ਹੈ। ਜਾਣੀ ਕਿ ਤੁਸੀਂ ਇੰਨੇ ਜੀਬੀ ਡਾਟਾ ਆਪਣੇ ਛੋਟੇ ਜਿਹੇ ਦਿਮਾਗ ਦੇ ਵਿੱਚ ਸਟੋਰ ਕਰ ਸਕਦੇ ਹੋ। ਅਫਗਾਨਿਸਤਾਨ ਦੇ ਵਿੱਚ ਰਹਿਣ ਵਾਲੀ ਇਹ ਨਾਦੀਆ ਨਾਮ ਦੀ ਔਰਤ ਹੈ ਜਿਹੜੀ ਕਿ ਪਿਛਲੇ 10 ਸਾਲਾਂ ਤੋਂ ਮਰਦ ਬਣ ਕੇ ਰਹਿ ਰਹੀ ਹੈ। ਉਹ ਆਦਮੀ ਦੀ ਤਰ੍ਹਾਂ ਹੀ ਵਾਲ ਕਟਵਾਉਂਦੀ ਹੈ ਤੇ ਆਦਮੀ ਦੀ ਤਰ੍ਹਾਂ ਹੀ ਕੱਪੜੇ ਪਾਉਂਦੀ ਹੈ ਤਾਂ ਕਿ ਉਹ ਤਾਲਿਬਾਨਾਂ ਤੋਂ ਬਚ ਸਕੇ। ਪਹਿਲਾਂ ਇਹ ਜਿੱਥੇ ਰਹਿੰਦੀ ਸੀ ਉੱਥੇ ਤਾਲਿਬਾਨ ਦਾ ਬਹੁਤ ਜ਼ਿਆਦਾ ਦਬਦਬਾ ਸੀ, ਜਿਨ੍ਹਾਂ ਤੋਂ ਬਚਣ ਲਈ ਇਸ ਨੇ ਆਪਣੀ ਇਸ ਤਰ੍ਹਾਂ ਦੀ ਵੇਸ਼ਭੂਸ਼ਾ ਬਣਾ ਲਈ। ਇਹ ਇੱਕ ਫੈਕਟ ਹੈ ਕਿ ਜਦੋਂ ਤੁਸੀਂ ਝਗੜਾ ਕਰ ਰਹੇ ਹੁੰਦੇ ਹੋ ਤਾਂ ਤੁਸੀਂ ਸਾਹਮਣੇ ਵਾਲੇ ਇਨਸਾਨ ਦੀਆਂ ਗੱਲਾਂ ਨੂੰ ਧਿਆਨ ਦੇ ਨਾਲ ਨਹੀਂ ਸੁਣਦੇ ਤੇ ਨਾ ਹੀ ਤੁਸੀਂ ਇਸ ਚੀਜ਼ ਤੇ ਫੋਕਸ ਕਰਦੇ ਹੋ ਕਿ ਸਾਹਮਣੇ ਵਾਲਾ ਇਨਸਾਨ ਕੀ ਕਹਿ ਰਿਹਾ ਹੈ। ਉਸ ਟਾਈਮ ਸਾਡਾ ਦਿਮਾਗ ਸਿਰਫ ਇਹੀ ਚੀਜ਼ ਤੇ ਲੱਗਿਆ ਹੁੰਦਾ ਹੈ ਕਿ ਮੈਂ ਇਸ ਨੂੰ ਕੀ ਕਹਾਂ। ਇਸ ਲਈ ਹਮੇਸ਼ਾ ਝਗੜੇ ਦੇ ਟਾਈਮ ਚੁੱਪ ਅਤੇ ਸ਼ਾਂਤ ਰਹਿਣਾ ਚਾਹੀਦਾ ਹੈ, ਨਹੀਂ ਤਾਂ ਅਸੀਂ ਸਹੀ ਹੋ ਕੇ ਵੀ ਗਲਤ ਦਿਖਾਂਗੇ। ਇਹ ਇੱਕ ਕਮਾਲ ਦਾ ਇਲੂਜ਼ਨ ਹੈ। ਇਸ ਫੋਟੋ ਦੇ ਵਿੱਚ 7 ਇਨਸਾਨ ਤੇ ਇੱਕ ਬਿੱਲੀ ਹੈ। ਜੇਕਰ ਤੁਸੀਂ ਇਹਨਾਂ ਸਾਰਿਆਂ ਨੂੰ ਦੇਖ ਲੈਂਦੇ ਹੋ ਤਾਂ ਤੁਸੀਂ ਪਰਫੈਕਟ ਤੋਂ ਵੀ ਵਧੀਆ ਹੋ ਤੇ ਤੁਹਾਡਾ ਦਿਮਾਗ ਹੋਰਾਂ ਦੇ ਮੁਕਾਬਲੇ ਕਾਫੀ ਤੇਜ਼ ਹੈ। ਜੇਕਰ ਤੁਹਾਨੂੰ ਇਸ ਫੋਟੋ ਦੇ ਵਿੱਚ ਸਿਰਫ 6 ਲੋਕ ਹੀ ਦਿਸਦੇ ਨੇ ਤਾਂ ਤੁਹਾਡਾ ਦਿਮਾਗ ਠੀਕ ਹੈ। ਜੇਕਰ ਤੁਹਾਨੂੰ ਇਸ ਫੋਟੋ ਦੇ ਵਿੱਚ 6 ਤੋਂ ਵੀ ਘੱਟ ਲੋਕ ਦਿਸ ਰਹੇ ਨੇ ਤਾਂ ਤੁਹਾਡਾ ਦਿਮਾਗ ਐਵਰੇਜ ਹੈ। ਜੇਕਰ ਤੁਹਾਨੂੰ ਇਸ ਫੋਟੋ ਦੇ ਵਿੱਚ 2 ਤੋਂ 3 ਇਨਸਾਨ ਹੀ ਦਿਖ ਰਹੇ ਨੇ ਤਾਂ ਸਭ ਤੋਂ ਪਹਿਲਾਂ ਤੁਹਾਨੂੰ ਆਪਣੀਆਂ ਅੱਖਾਂ ਦਾ ਧਿਆਨ ਰੱਖਣਾ ਚਾਹੀਦਾ ਹੈ ਤੇ ਉਸ ਤੋਂ ਬਾਅਦ ਤੁਹਾਨੂੰ ਆਪਣੀ ਮਾਨਸਿਕ ਸਿਹਤ ਦਾ ਧਿਆਨ ਰੱਖਣਾ ਚਾਹੀਦਾ ਹੈ। ਇਹ ਇੱਕ ਮੈਕਸੀਕਨ ਰੈਪਰ ਹੈ ਜਿਸ ਨੇ ਆਪਣੇ ਬਾਲਾਂ ਦੀ ਜਗ੍ਹਾ ਤੇ ਗੋਲਡ ਦੀਆਂ ਚੈਨਾਂ ਲਗਵਾ ਲਈਆਂ ਨੇ। ਇਸ ਦਾ ਨਾਮ ਡੈਂਸਰ ਹੈ। ਇਸ ਨੇ ਸਰਜਰੀ ਕਰਵਾ ਕੇ ਆਪਣੇ ਸਿਰ ਦੇ ਵਿੱਚੋਂ ਬਾਲਾਂ ਨੂੰ ਕਢਵਾ ਕੇ ਸੋਨੇ ਦੀਆਂ ਚੈਨਾਂ ਨੂੰ ਫਿੱਟ ਕਰਵਾ ਲਿਆ ਹੈ। ਜਿਹੜੀਆਂ ਤੁਸੀਂ ਇਸ ਵੀਡੀਓ ਦੇ ਵਿੱਚ ਦੇਖ ਰਹੇ ਹੋ ਇਹ ਕੋਈ ਫੇਕ ਵਿਗ ਨਹੀਂ ਹੈ, ਬਲਕਿ ਅਸਲੀ ਚੈਨਾਂ ਨੇ। ਇਹ ਚੈਨਾਂ ਇਸ ਦੀ ਖੋਪੜੀ ਦੇ ਨਾਲ ਜੁੜੀਆਂ ਹੋਈਆਂ ਨੇ। ਇਸ ਲਈ ਇਹ ਰੈਪਰ ਨੂੰ ਹੁਣ ਆਪਣੇ ਸਿਰ ਦਾ ਬਹੁਤ ਜ਼ਿਆਦਾ ਧਿਆਨ ਰੱਖਣਾ ਪੈਂਦਾ ਹੈ ਤੇ ਜ਼ੋਰ ਦੇ ਨਾਲ ਆਪਣਾ ਸਿਰ ਵੀ ਨਹੀਂ ਹਿਲਾ ਸਕਦਾ, ਕਿਉਂਕਿ ਅਜਿਹਾ ਕਰਨ ਦੇ ਨਾਲ ਇਸ ਦੀ ਖੋਪੜੀ ਤੋਂ ਚੈਨਾਂ ਅਲੱਗ ਹੋ ਜਾਣਗੀਆਂ। ਇਹ ਸੁਣ ਕੇ ਤੁਹਾਨੂੰ ਕਾਫੀ ਜ਼ਿਆਦਾ ਅਜੀਬ ਲੱਗੇਗਾ ਕਿ ਕੋਕਰੋਚ ਦਾ ਦੁੱਧ ਗਾਂ ਦੇ ਦੁੱਧ ਤੋਂ ਵੀ ਜ਼ਿਆਦਾ ਤਾਕਤਵਰ ਹੁੰਦਾ ਹੈ। ਸ਼ਾਇਦ ਤੁਹਾਨੂੰ ਪਤਾ ਨਹੀਂ ਹੋਵੇਗਾ ਕਿ ਕੁਝ ਕੋਕਰੋਚ ਦੇ ਵਿੱਚ ਦੁੱਧ ਹੁੰਦਾ ਹੈ ਤੇ ਇਹਨਾਂ ਕੋਕਰੋਚ ਦਾ ਦੁੱਧ ਇਨਸਾਨੀ ਸਰੀਰ ਦੇ ਲਈ ਬਹੁਤ ਜ਼ਿਆਦਾ ਲਾਹੇਵੰਦ ਹੁੰਦਾ ਹੈ। ਸਾਇੰਟਿਸਟ ਦਾ ਮੰਨਣਾ ਹੈ ਕਿ ਕੋਕਰੋਚ ਦੇ ਦੁੱਧ ਦੇ ਵਿੱਚ ਗਾਂ ਦੇ ਦੁੱਧ ਦੇ ਨਾਲੋਂ 3 ਗੁਣਾ ਜ਼ਿਆਦਾ ਤੱਤ ਹੁੰਦੇ ਨੇ। ਦੁਨੀਆ ਦੇ ਵਿੱਚ ਇੱਕ ਅਜਿਹੀ ਝੀਲ ਵੀ ਹੈ ਜਿੱਥੇ ਕੋਈ 1 ਘੰਟੇ ਲਈ ਖੜਾ ਹੋ ਜਾਵੇ ਤਾਂ ਉਸਦੀ ਮੌਤ ਹੋ ਜਾਵੇਗੀ। ਜੇਕਰ ਉੱਥੇ ਕੋਈ ਕੁਝ ਮਿੰਟ ਲਈ ਖੜਾ ਹੋ ਜਾਵੇ ਤਾਂ ਉਹ ਕੈਂਸਰ ਦਾ ਮਰੀਜ਼ ਬਣ ਜਾਵੇਗਾ। ਅਸਲ ਦੇ ਵਿੱਚ ਇਹ ਇੱਕ ਰੇਡੀਓ ਐਕਟਿਵ ਲੇਕ ਹੈ। ਕੁਝ ਸਾਲ ਪਹਿਲਾਂ ਇਸ ਲੇਕ ਦੇ ਇੱਕ ਸਾਈਡ ਤੇ ਨਿਊਕਲੀਅਰ ਪਲਾਂਟ ਸੀ ਜਿਹੜਾ ਕਿ ਆਪਣਾ ਰੇਡੀਓ ਐਕਟਿਵ ਵੇਸਟ ਇਸ ਲੇਕ ਦੇ ਵਿੱਚ ਹੀ ਸੁੱਟ ਦਿੰਦਾ ਸੀ। ਹੌਲੀ ਹੌਲੀ ਅਜਿਹਾ ਲਗਾਤਾਰ ਕਰਦੇ ਰਹਿਣ ਦੇ ਨਾਲ ਲੇਕ ਪੂਰੀ ਤਰ੍ਹਾਂ ਦੇ ਨਾਲ ਜ਼ਹਿਰੀਲੀ ਹੋ ਗਈ ਤੇ ਇਸ ਦਾ ਰੰਗ ਲਾਲ ਹੋ ਗਿਆ। ਇਹੀ ਕਾਰਨ ਕਰਕੇ ਨਿਊਕਲੀਅਰ ਪਲਾਂਟ ਨੂੰ ਇੱਕ ਦਿਨ ਬੰਦ ਕਰਨਾ ਪਿਆ, ਪਰ ਉਦੋਂ ਤੱਕ ਝੀਲ ਦੇ ਸਾਰੇ ਜੀਵ ਜੰਤੂ ਮਰ ਗਏ ਸੀ। ਪਰ ਤੁਸੀਂ ਇਹ ਫੋਟੋ ਨੂੰ ਦੇਖੋ, ਇਸ ਦੇ ਵਿੱਚ ਇੱਕ ਇਨਸਾਨ ਦੀ ਕਾਰ ਪੂਰੀ ਤਰ੍ਹਾਂ ਦੇ ਨਾਲ ਟਾਇਰਾਂ ਦੇ ਨਾਲ ਭਰੀ ਹੋਈ ਹੈ, ਪਰ ਇਸ ਦੀ ਆਪਣੀ ਕਾਰ ਦਾ ਜੋ ਟਾਇਰ ਹੈ ਉਹ ਪੈਂਚਰ ਹੋ ਗਿਆ। ਇਸ ਇਨਸਾਨ ਦੇ ਕੋਲ ਇੰਨੇ ਜ਼ਿਆਦਾ ਟਾਇਰ ਹੋਣ ਦੇ ਬਾਵਜੂਦ ਇੱਕ ਵੀ ਅਜਿਹਾ ਟਾਇਰ ਨਹੀਂ ਜੋ ਇਸ ਦੀ ਕਾਰ ਦੇ ਵਿੱਚ ਲੱਗ ਸਕੇ। ਇਹ ਚੀਜ਼ਾਂ ਸਾਨੂੰ ਇਹ ਦਰਸਾਉਂਦੀਆਂ ਨੇ ਕਿ ਸਾਡੇ ਨਾਲ ਹਰ ਰੋਜ਼ ਵਿਚਰਨ ਵਾਲੇ ਦੋਸਤ ਮਿੱਤਰ ਜ਼ਰੂਰੀ ਨਹੀਂ ਕਿ ਤੁਹਾਨੂੰ ਲੋੜ ਪੈਣ ਤੇ ਤੁਹਾਡੇ ਕੰਮ ਵੀ ਆਉਣ। ਜਿਹੜੀ ਇਹ ਬੰਦੂਕ ਤੁਹਾਨੂੰ ਦਿਸ ਰਹੀ ਹੈ ਇਸ ਨੂੰ 3-in-1 gun ਕਿਹਾ ਜਾਂਦਾ ਹੈ। ਇਹ ਜਰਮਨ ਦੇ ਵਿੱਚ ਬਣੀ ਸੀ। ਇਹ ਬੰਦੂਕ ਦੇ ਨਾਲ ਨਾਲ ਇੱਕ ਤਲਵਾਰ ਵੀ ਹੈ ਤੇ ਇਸ ਦੇ ਉੱਪਰ ਲੰਮਾ ਚਾਕੂ ਵੀ ਲੱਗਿਆ ਹੈ। ਜੇਕਰ ਕੋਈ ਚਾਹੇ ਤਾਂ ਇਸ ਨੂੰ ਬੰਦੂਕ ਦੀ ਤਰ੍ਹਾਂ ਵੀ ਵਰਤ ਸਕਦਾ ਹੈ, ਪਰ ਇਹ ਇੰਨੀ ਜ਼ਿਆਦਾ ਪਾਵਰਫੁਲ ਨਹੀਂ ਹੈ।
सोने के गहने इंडिया के सब तो ज्यादा पहने जाते हैं, इसलिए अज मैं तुम्हें कुछ अजिहे तरीके दसूंगा जिस के नाल तुसी ये चेक कर सकते हो कि सोना असली है या नकली है। सब तो पहला तरीका है सोने नूं दंदा दे नाल चबा के देखना, क्योंकि सोना एक बहुत ज्यादा सॉफ्ट धात है। जेकर सोना असली होगा तो बहुत आसानी दे नाल दंदा दे निशान सोने के उपर बन जाएंगे, पर यह तरीका पूरी चंगी तरह दे नाल सही नहीं है, क्योंकि कई लोग अजकल सोने के लैड नूं भी मिला देंगे ने, जिस दे नाल नकली गोल्ड से भी दंद दे नाल चबाउण ते निशान पै जाते हैं। दूजा तरीका है सरैमिक प्लेट बॉक्सर अपने मुंह दे विच इह की चीज पाउंदे ने। जेकर तुसी कदे बॉक्सिंग मैच देखिया होना है तां तुसी बॉक्सर दे मुंह दे विच इह चीज नूं जरूर नोटिस कीता होना है। सब तो पहला इसका काम है दंदां अते बुल्लां नूं बचाउणा। इसका सब तो मेन जरूरी काम है बॉक्सर दे दिमाग नूं बचाउणा, क्योंकि तुसी अक्सर ही देखिया होना है कि जबाड़े दे उपर मुक्का पैण ते लोक बेहोश हो जांदे ने। इह प्लास्टिक दी चीज अजिहा करन तों रोकदी है, क्योंकि दंदां दे नाल साडे दिमाग दीआं नसां जुड़ियां हुंदीआं ने, ते जोर दे नाल मुक्का जबाड़े दे उपर वज्जण दे नाल साडीआं इह नसां डैमेज हो जांदीआं ने, ते साडा दिमाग कुछ समें दे लई काम करना छड्ड दिंदा है। ते इह प्लास्टिक दी चीज अजिहा नहीं होण दिंदी। इह सन जी कुछ रोचक तत्थ जिस दुनिया दे विच आपां रहिंदे आं, उस दे बारे तुहानूं साडी वीडियो किदां लगी कमेंट करके जरूर दस्सणा। साडे फेसबुक पेज जो टीवी नूं जरूर फॉलो करना। धन्यवाद।